ਤੇ ਭੁੱਖੇ ਹੀ ਰਹੇ। ਪਿਓ ਤੋਂ ਦੇਖਿਆ ਤੇ ਬਾਬਾ ਰੇਤ ਤੇ ਸਮਾ, ਬਾਬਾ ਪਾਣੀ ਮੰਗਾ ਦੇ ਸਨ, ਮਜ਼ਲੂਮ ਫਰਮਾਨ ਦੇ ਸਨ, ਤੇ ਬਾਬਾ ਮੰਗਾ ਕਿਉਂ? ਫਰਮਾਨ ਅਜ਼ਲ ਤੋਂ ਕਾਨੂੰਨ ਹੈ ਹਮੇਸ਼ਾ ਮਾਸੂਮ ਦਾ ਮਾਸੂਮ ਗਵਾਹ ਹੁੰਦਾ। ਫਰਮਾਨ ਹੁਜਾ ਤਮਾਨ ਕਰ, ਬਾਬਾ ਮੈਂ ਪਹਿਲਾ ਗਵਾਹ ਹਾਂ ਜਾਂ ਅੱਗੇ ਕੋਈ ਗਵਾਹੀ ਦੇਗਾ? ਮਜ਼ਲੂਮ ਮੈਂ ਕਰਬਲਾ ਮਿੱਟੀ ਤੇ ਬਹਿ ਗਿਆ ਦਿਨ ਬਣਾਈ ਸਾ ਸ਼ਾਹਿਦ ਮਰੀਮ ਦਾ ਤੇ ਮਾਸੂਮ ਦਿਲਾਂ ਚ ਰਖਵਾ ਗਏ ਇਵੇਂ ਯੂਸਫ ਸ਼ਹਿਰ ਮਿਸਰ ਦੇ ਵਿੱਚ ਅਤੇ ਜੋੜ ਜੋ ਪਾਕ ਗਵਾਹ ਹੁਸੈਨ ਦਿਨ ਅਸਾਂ ਵੀ ਮਾਂ ਦੇ ਨਾਲ ਗਿਆ ਸੇ ਅਸਰਾਰ ਪਿਓ ਦਾ ਪਾਕ ਗਵਾ ਤਜ ਬੋਲਣ ਦਾ ਦੀਆਂ ਲੱਖ ਵਾਰੀ ਪੜ੍ਹਦਾ ਰਹਾਂ ਉੱਠੀ ਅਸਰਾਰ ਪਿਓ ਦਾ ਪਾਕ ਗਵਾ ਤਜ ਬੋਲਣ ਦਾ ਦੀਆਂ ਅਸਰਾਰਾ ਦਾ ਬਾਬਾ ਮੈਨੂੰ ਰੇਤ ਸਮਾ ਹੁਸੈਨ ਰੇਤ ਸਮਾ ਫਰਮਾਨ ਮੰਗ ਪਾਣੀ ਆ ਦੇ ਬਾਬਾ ਇੰਜ ਮੰਗ ਸਾ ਨੌ ਲੱਖ ਦੀਆਂ ਤਲੀਆਂ ਜ਼ਮੀਨ ਤੇ ਵੰਜ ਲੱਗ ਸਕ ਅੱਲਾ ਗਵਾਹ ਅਲੀ ਅਸਗਰ ਬੋਲੇ ਨਾ ਔਰ ਰੋ ਰੋ ਕੇ ਪਿਆ ਦੇਣਾ ਹਯਾ ਕਰੋ ਮੈਂ ਤਾਂ ਬਾਬਾ ਹੀ ਦੱਸਾ ਹੈ ਮਾਈ ਦੱਸਾ ਮੈਂ ਤਾਂ ਬਾਬਾ ਹੀ ਸੱਚਾ ਹੈ ਮਾਈ ਸੱਚਾ ਮੇਰੀ ਮਾਂ ਹੀ ਸੱਚੀ ਹੈ ਤੀਜਾ ਜੀ ਹੈ ਮੈਨੂੰ ਪਾਣੀ ਨਹੀਂ ਮਿਲਿਆ ਮੈਂ ਮਾਂ ਦਾ ਦੁੱਧ ਨਹੀਂ ਪੀਤਾ ਅੱਲਾ ਗਵਾਹ ਹੈਵਾਨਾਂ ਦੀਆਂ ਗੋਰੀਆਂ ਜ਼ਮੀਨ ਤੇ ਵਹੀ ਲੱਗੀਆਂ ਨਾ ਔਲਾਦ ਆਲਾ ਤੀਰ ਤੋੜ ਕੇ ਜ਼ਮੀਨ ਤੇ ਸੱਜੇ ਨਾ ਆ ਦਿਲ ਹਯਾ ਕਰੋ ਦੇਖੋ ਹੁਣ ਛੀਆ ਮਹੀਨਾ ਦਾ ਪਿਆ ਬੁਲੇਂਦਾ ਹੈ ਔ ਜਵਾਨ ਉਮਰ ਇਬਨੇ ਸਾਹ ਤੇ ਅੱਲਾ ਦੀ ਲਾਲਤ ਹੋਵੇ ਉਹ ਜਾਤੇ ਹੈ ਜਿੱਤਾ ਕਾਇਨਾ ਸਭ ਤੋਂ ਵੱਡਾ ਜ਼ਾਲਮ ਹੈ ਜਹਾਂ ਹੁਣ ਮੇਰੇ ਨੂੰ ਪੇਰ ਦੀ ਠੋਕਰ ਮਾਰ ਕਾ ਦੇ ਵਾਲਾ ਪਾਣੀ ਨਾ ਮੰਗੇ ਦੇਖ ਫੌਜ ਬਾਗੀ ਪਈ ਹੋਣੀ ਹੈ ਅੱਲਾ ਗਵਾਹੀ ਜ਼ਾਲਮ ਦੇ ਬੱਚੇ ਨੇ ਤਾਏ ਫਲਾ ਤੀਰ ਚਾਇਆ ਹੈ ਈ ਅਲੀ ਅਸਰ ਦੇ ਗੱਲ ਦਾ ਨਿਸ਼ਾਨ ਲੱਗਦਾ ਹੈ ਮਾਂ ਦਰਵਾਜ਼ੇ ਤੇ ਖੜੀ ਰਹਿਦੀ ਹੈ ਅੱਲਾ ਗਵਾਹੀ ਮਾਂ ਤੜਫੀ ਹੈ ਔਰ ਰੋ ਰੋ ਪਿਆ ਗਿਆ ਅਸਰਾਰ ਮੈਂ ਦੋਨੇ ਕਮੈ ਤੇਰੀ ਕੋਲ ਆਦੇ ਤੂੰ ਮੇਰੀ ਮਾਂ ਆਇਆ ਔਰ ਰੋ ਰੋ ਕੇ ਮਾਂ ਪਿਆ ਦੇ ਤੀਰੋ ਹੁਰ ਮਿਲਦਾ ਉਹਦਾ ਭਈ ਅਗੂ ਕਰਣਈਆ ਫੁਰ ਸਵਾਲਾ ਪੀ ਵੀ ਅੱਜ ਗੱਲ ਸਿੱਧਾ ਰੱਖੇ ਚਲੋ ਜਿਹੜਾ ਬੰਦਾ ਹਾਲੇ ਤੱਕ ਨਹੀਂ ਰੋਣਾ ਆਖਰੀ ਸੁਰਾਤ ਅੱਲਾ ਗਵਾਹੀ ਤੀਰ ਮਾਰਾ ਅਲੀ ਅਸਰਾਰ ਦੇ ਗਾਲੀ ਤੀਰ ਲਗਾਇਆ ਹਮੀਦ ਰਾਵੀ ਰਿਵਾਇਤ ਕਰਦਾ ਹੈ ਜਿਹੜਾ ਮੈਂ ਜਿੱਥੇ ਮਜ਼ਲੂਮ ਦੀ ਤਲੀਆਂ ਜ਼ਮੀਨ ਤੇ ਲੱਗੀਆਂ ਮੈਂ ਕੋਲ ਆਇਆ ਮੈਂ ਆਖੇ ਮੌਲਾ ਮਜ਼ਲੂਮ ਕਰਬਲਾ ਦੇ ਲਾਗ ਵਿਗਰੀ